ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਜਿਸ ਦਾ ਵਜੂਦ 1920 ਦੇ ਵਿੱਚ ਤੈਅ ਕੀਤਾ ਗਿਆ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਪਾਰਟੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਪੰਥ ਵਾਸਤੇ ਬਹੁਤ ਕੁਝ ਕੀਤਾ, ਪਰ ਕੁਝ ਘਟੀਆ ਲੋਕਾਂ ਦੇ ਚਲਦਿਆਂ ਇਸ ਪਾਰਟੀ ਦਾ ਅੱਜ ਅਸਤਿਤਵ ਹੀ ਕੁਝ ਵੱਖਰਾ ਹੋ ਗਿਆ ਹੈ। ਪਰ ਅਸਲ ਸ਼੍ਰੋਮਣੀ ਅਕਾਲੀ ਦਲ ਕੀ ਸੀ, ਅਸਲ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੀ ਸੀ, ਉਹ ਜਾਣੇ ਬਿਨਾਂ ਹੀ ਬਹੁਤ ਸਾਰੇ ਲੋਕ ਅਜਿਹੇ ਹੈ ਨੇ, ਬਹੁਤ ਸਾਰੇ ਰਾਜਨੀਤਿਕ ਨੇਤਾ ਅਜਿਹੇ ਹੈ ਨੇ ਜਿਹੜੇ ਆਪਣੀਆਂ ਟਿੱਪਣੀਆਂ ਸੋਸ਼ਲ ਮੀਡੀਆ ਉੱਤੇ ਕਾਨੂੰਨ ਬੰਦ ਨਹੀਂ ਕਰਦੇ। ਠੀਕ ਹੈ, ਜੋ ਇਨਸਾਨ ਗਲਤ ਹੈ, ਚਾਹੇ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਹੋਵੇ, ਸੁਖਬੀਰ ਸਿੰਘ ਬਾਦਲ ਦੀ ਹੋਵੇ, ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਹੋਰ ਕਿਸੇ ਵੀ ਇਨਸਾਨ ਦੀ ਅਗਰ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਅੰਦਰ ਤੁਹਾਨੂੰ ਕੋਈ ਕਮੀ ਲੱਗਦੀ ਹੈ ਤਾਂ ਉਸਨੂੰ ਤੁਸੀਂ ਮਾੜਾ ਕਹਿ ਸਕਦੇ ਹੋ। ਪਰ ਉਹ ਜਥੇਬੰਦੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਮੇਟੀ ਬੈਠੀ ਹੈ, ਉਸਦੇ ਉੱਤੇ ਸਾਨੂੰ ਕਿੰਤੂ ਨਹੀਂ ਕਰਨਾ ਚਾਹੀਦਾ। ਫਰਜ਼ ਸਾਡਾ ਇਹ ਬਣਦਾ ਹੈ ਕਿ ਉਸ ਜਥੇਬੰਦੀ ਨੂੰ ਨਿਰੋਲ ਕਰਕੇ, ਸਾਫ਼ ਸੁਥਰਾ ਕਰਕੇ, ਉਸਨੂੰ ਮੁੜ ਬਹਾਲ ਕੀਤਾ ਜਾਵੇ ਤਾਂ ਜੋ ਮੀਰੀ ਅਤੇ ਪੀਰੀ ਦਾ ਸਿਧਾਂਤ ਵੀ ਮੁੜ ਸਿੱਧਾ ਹੋ ਸਕੇ। ਇੱਕ ਸਿੰਘ ਨੇ ਲਾਈਵ ਹੋ ਕੇ ਬੀਤੇ ਕੁਝ ਸਾਲਾਂ ਤੋਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਨਿਸ਼ਾਨਿਤ ਲਿੱਤਾ ਅਤੇ ਨਾਲ ਹੀ ਦੱਸਿਆ ਕਿ ਆਖਿਰ ਅਕਾਲੀ ਦਲ ਦਾ ਇਤਿਹਾਸ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਸੀ, ਔਰ ਮੈਂ ਇੱਕ ਬਹੁਤ ਟਾਈਮ ਤੋਂ ਦੇਖੀਦਾ ਕਿ ਭਗਵੰਤ ਮਾਨ ਇੱਕ ਗੱਲ ਬਹੁਤ ਜ਼ਿਆਦਾ ਬੋਲਦਾ ਹੈ ਕਿ ਅਕਾਲੀ ਦਲ 1920 'ਚ ਬਣਿਆ ਸੀ ਅਤੇ 1920-1919 ਦੇ ਵਿੱਚ 1920 'ਚ ਅਕਾਲੀ ਦਲ ਬਣਿਆ ਸੀ ਅਤੇ 2019 'ਚ ਅਕਾਲੀ ਦਲ ਖਤਮ। ਇਹਦਾ ਮੈਂ ਜਵਾਬ ਦੇਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਨੂੰ ਪਹਿਲੀ ਗੱਲ ਤਾਂ ਇਤਿਹਾਸ ਦੀ ਪੈੜ ਦਾ ਹੀ ਨਹੀਂ ਕਿਸੇ ਦਾ ਪਤਾ ਹੈਗਾ, ਸ਼ਾਇਦ ਇਹਨੂੰ ਪਤਾ ਨਹੀਂ ਕਿ ਅਕਾਲੀ ਦਲ ਇੱਕੋ ਇੱਕ ਗੁਲਾਮ ਭਾਰਤੀਆਂ ਦੀ ਬਣਾਈ ਹੋਈ ਖੁਦ ਦੀ ਪਾਰਟੀ ਸੀ। ਇਸ ਤੋਂ ਪਹਿਲਾਂ ਕਿਉਂਕਿ ਕਾਂਗਰਸ ਪਾਰਟੀ ਮੌਜੂਦ ਜ਼ਰੂਰ ਸੀ, ਪਰ ਕਾਂਗਰਸ ਦੀ ਨੀਂਹ ਕਿਸੇ ਅੰਗਰੇਜ਼ ਨੇ ਰੱਖੀ ਸੀ, ਔਰ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਗਾ ਕਿ ਅਕਾਲੀ ਦਲ ਦੀ ਪੈਦਾਇਸ਼ ਕਿਸ ਤਰੀਕੇ ਦੇ ਨਾਲ ਹੋਈ ਹੈ। ਇਲੈਕਸ਼ਨ ਲੜਨੀ ਆ, ਗੱਲ ਕਰੋ ਆਪਦੀ, ਜਿਹੜੀ ਮਰਜ਼ੀ ਗੱਲ ਕਰੋ, ਤੁਹਾਨੂੰ ਪੂਰੀ ਆਜ਼ਾਦੀ ਹੈ ਆਪਦੀ ਗੱਲ ਕਹਿਣ ਦੀ, ਪਰ ਜਿਹੜੀ ਤੁਸੀਂ ਕਟਾਕਸ਼ ਕਰਦੇ ਆ, 5 ਸਾਲ ਨਹੀਂ ਹੋਏ ਤੁਹਾਡੀ ਪਾਰਟੀ ਬਣੀ ਨੂੰ, ਔਰ ਕਿਤੇ ਇਤਿਹਾਸ 'ਚ ਪੜ੍ਹ ਕੇ ਦੇਖ ਲਾ, ਜੇ ਕਿਸੇ ਤੋਂ ਪਤਾ ਨਹੀਂ ਨਾ ਤਾਂ ਵੱਡੇ ਬਜ਼ੁਰਗ ਤੋਂ ਪੁੱਛ ਕੇ ਦੇਖ ਲਈ। ਅਕਾਲੀ ਦਲ ਜਦ ਪੈਦਾ ਹੋਇਆ, ਅਕਾਲੀ ਦਲ ਦੇ ਲਾਏ ਮੋਰਚੇ ਜਿਨ੍ਹਾਂ ਤੋਂ ਅੰਗਰੇਜ਼ ਹਮੇਸ਼ਾ ਡਰਦੇ ਰਹੇ, ਅਤੇ ਕਾਂਗਰਸ ਦੇ ਵੱਡੇ ਵੱਡੇ ਦਿੱਗਜ ਨੇਤਾ ਜਿਹੜੇ ਆ ਉਹ ਅਕਾਲੀ ਦਲ ਦੇ ਉਸ ਸਮੇਂ ਦੇ ਲੀਡਰਾਂ ਦੇ ਆ ਕੇ ਪੈਰਾਂ ਦੇ ਵਿੱਚ ਆ ਕੇ ਬੈਠਦੇ ਰਹੇ ਅਤੇ ਉਹਨਾਂ ਮੋਰਚਿਆਂ 'ਚ ਸ਼ਾਮਿਲ ਹੋ ਕੇ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਸੀ ਕਿ ਅਸੀਂ ਅਕਾਲੀ ਦਲ ਦੇ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਹਾਂ। ਜੇ ਕਿਤੇ ਨਹੀਂ ਨਾ ਪਤਾ ਤਾਂ ਕਿਸੇ ਤੋਂ ਪੁੱਛ ਕੇ ਦੇਖ ਲਈ। ਬਾਪੂ ਖੜਕ ਸਿੰਘ, ਜਿਨ੍ਹਾਂ ਨੂੰ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ, ਔਰ ਪੰਜਾਬ ਕਾਂਗਰਸ ਦੇ ਵੀ ਪਹਿਲੇ ਪ੍ਰਧਾਨ ਉਹ ਨੇ। ਉਹ ਵੀ ਪਤਾ ਕਿਉਂ? ਕਿਉਂਕਿ ਕਾਂਗਰਸੀਆਂ ਨੇ, ਉਸ ਵੇਲੇ ਦੇ ਕਾਂਗਰਸ ਪਾਰਟੀ ਨੇ ਕਾਂਗਰਸ ਦੀ ਪ੍ਰਧਾਨਗੀ ਇੱਕ ਸਨਮਾਨ ਵਜੋਂ ਬਾਪੂ ਖੜਕ ਸਿੰਘ ਨੂੰ ਦਿੱਤੀ ਸੀ ਕਿ ਜਿੱਥੇ ਤੁਸੀਂ ਅਕਾਲੀ ਦਲ ਦੇ ਲਈ ਕੰਮ ਕਰਦੇ ਹਾਂ ਅਸੀਂ ਤੁਹਾਨੂੰ ਸਨਮਾਨ ਵਜੋਂ ਤੁਹਾਨੂੰ ਪ੍ਰਧਾਨਗੀ ਦਿੰਦੇ ਹਾਂ। ਔਰ ਉਸ ਤੋਂ ਬਾਅਦ ਕਾਂਗਰਸ ਦੀਆਂ ਕੀਤੀਆਂ ਹੋਈਆਂ ਵਧੀਕੀਆਂ, ਕਾਂਗਰਸ ਦੇ ਕੀਤੇ ਹੋਏ ਕਾਰਸਤਾਨੀਆਂ ਦੀ ਵਜ੍ਹਾ ਕਿ ਪੰਜਾਬ ਅੱਜ ਇਸ ਹਾਲਾਤ ਇਸ ਮੋੜ ਦੇ ਉੱਤੇ ਆ। ਤੇ ਤੇਰੀ ਪਾਰਟੀ ਦੀ ਗੱਲ ਕਰਦਾ ਜਿਹਨੂੰ 5 ਸਾਲ ਹੋਏ ਪਾਰਟੀ ਬਣੀ ਨੂੰ, ਕਾਂਗਰਸ ਦੇ ਪੈਰਾਂ ਦੇ ਵਿੱਚ ਡਿੱਗਣ ਨੂੰ ਫਿਰਦੇ ਆ ਤੁਸੀਂ ਸਮਝੌਤੇ ਕਰਨ ਦੇ ਲਈ, ਪੰਜਾਬ 'ਚ ਸਮਝੌਤੇ ਕਰਨ ਨੂੰ, ਦਿੱਲੀ 'ਚ ਸਮਝੌਤੇ ਕਰਨ ਨੂੰ, ਹਰਿਆਣੇ 'ਚ ਸਮਝੌਤੇ ਕਰਨ ਨੂੰ, ਤੁਹਾਡਾ ਲੀਡਰ ਮਿੰਨਤਾਂ ਕਰਦਾ ਫਿਰਦਾ ਉਹਨਾਂ ਦੀਆਂ ਸਮਝੌਤੇ ਕਰਨ ਦੇ ਲਈ, ਤੂੰ ਗੱਲਾਂ ਕਰਦਾ। ਔਰ ਤੈਨੂੰ ਇੱਕ ਗੱਲ ਤੈਨੂੰ ਮੈਂ ਹੋਰ ਕਹਿੰਦਾ, ਕੰਨ ਖੋਲ੍ਹ ਕੇ ਸੁਣ ਲਈਏ ਇਸ ਗੱਲ ਨੂੰ।
ਗੱਲ ਕਰਦਾ ਨਾ ਤੂੰ ਅਕਾਲੀ ਦਲ ਨੂੰ ਖਤਮ ਕਰਨ ਦੀ। ਅਕਾਲੀ ਦਲ ਖੁਦ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਪਾਰਟੀ ਆ। ਉਹ ਇੱਕ ਲਾ ਕੇ ਮੋਰਚਾ ਜਾਂ ਮਾੜਾ ਜਾਂ ਅੰਨਾ ਹਜ਼ਾਰੇ ਦੇ ਨਾਲ ਬੈਠ ਕੇ ਮਾਰ ਕੇ ਕਰਕੇ ਢਗਵਾਂਜੇ ਕੀਤਾ ਕੀ ਆ ਮੁਲਕ ਦੇ ਲਈ? ਤੁਸੀਂ ਇੱਕ ਭੋਰਾ ਕ ਲਾ ਕੇ ਮੋਰਚਾ ਜਾਂ ਤੇ ਆਪਦੇ ਆਪ ਨੂੰ ਬਣੇ ਫਿਰਦੇ ਤੁਸੀਂ ਵੱਡੇ ਵੀ। ਅਸੀਂ ਬੜੀ ਕ੍ਰਾਂਤੀ ਪੈਦਾ ਕਰਤੀ, ਬੜਾ ਕਰਤਾ। ਕਦੇ ਨਾ ਪੜ ਕੇ ਦੇਖ ਡਾਕਟਰ ਦਲਜੀਤ ਸਿੰਘ ਜਿਹੜਾ ਤੁਹਾਡੀ ਪਾਰਟੀ ਦਾ ਪ੍ਰਧਾਨ ਵੀ ਬਣਿਆ ਸੀ ਔਰ ਤੁਹਾਡੀ ਪਾਰਟੀ ਦੇ ਵਿੱਚ ਐਮਪੀ ਦੀ ਇਲੈਕਸ਼ਨ ਵੀ ਲੜੀ ਆ ਪਿਛਲੀ, ਉਹਨੂੰ ਕਿਹੜੀ ਗੱਲੋਂ ਪਾਰਟੀ ਚੋਂ ਬਾਹਰ ਕੱਢਿਆ ਗਿਆ? ਚਾਰ ਕਿਤਾਬਾਂ ਲਿਖੀਆਂ, ਪੜ੍ਹ ਕੇ ਦੇਖ ਲਈ ਉਹਦੀਆਂ ਸਾਰੀਆਂ। ਤੇਰੀ ਪਾਰਟੀ ਦੀਆਂ ਕਾਰਸਤਾਨੀਆਂ ਦੇ ਨਾਲ ਜੁੜੀਆਂ ਹੋਈਆਂ, ਜਿਹੜੀਆਂ ਲੁਕਵੇਂ ਏਜੰਡੇ ਤੇ ਬਣੀ ਹੋਈ ਤੇਰੀ ਪਾਰਟੀ ਆ। ਔਰ ਤੁਸੀਂ ਡਰਦੇ ਲੋਕਾਂ ਨੇ ਕਿ ਪੰਜਾਬ ਦੇ ਲੋਕ ਇੰਨੇ ਪੜ੍ਹੇ ਲਿਖੇ ਵੀ ਹੈਗੇ ਆ ਤੇਰੇ ਤਾਂ? ਉੱਥੇ ਦਿੱਲੀ ਬੈਠੇ ਬੰਦੇ ਸੋਚਦੇ ਆ ਨਾ ਵੀ ਜਿਹੜੇ ਪੰਜਾਬ ਵਾਲੇ ਆ ਇਹਨਾਂ ਨੂੰ ਕਿਹੜਾ ਪਤਾ, ਇਹ ਸਿੱਖਾਂ ਨੂੰ ਕਿਹੜਾ ਬਾਹਲਾ ਪਤਾ, ਪੱਗਾਂ ਵਾਲਿਆਂ ਨੂੰ ਕਿਹੜਾ ਬਾਹਲੀ ਅਕਲ ਆ। ਮੈਂ ਤੈਨੂੰ ਇੱਕ ਗੱਲ ਤੈਨੂੰ ਮੈਂ ਕਹਿ ਦਿੰਦਾ ਵੀ ਸਿਰਫ ਆਪਦੇ ਹੋਸ਼ ਹਵਾਸ ਚ ਗੱਲ ਕਰ ਜਿਹੜੀ ਕਰਨੀ ਆ। ਪੋਲੀਟੀਕਲੀ ਗੱਲ ਕਰਨੀ ਆ ਕਰੀ ਜਾ, ਤੈਨੂੰ ਪੂਰੀ ਆਜ਼ਾਦੀ ਆ। ਤੇਰੇ ਵਰਗੇ ਇਹੋ ਜਿਹੀਆਂ 3600 ਪਾਰਟੀਆਂ ਪੈਦਾ ਹੁੰਦੀਆਂ ਪੰਜਾਬ 'ਚ, ਪਹਿਲਾਂ ਵੀ ਹੋਈਆਂ, ਗਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋ ਜਾਣਗੀਆਂ। ਪਾਰਟੀਆਂ ਕਰੋ ਪੈਦਾ, ਜੋ ਮਰਜ਼ੀ ਜ਼ੋਰ ਲਾਓ, ਪਰ ਤੈਨੂੰ ਮੈਂ ਇੱਕ ਗੱਲ ਕਹਿੰਦਾ, ਕੋਈ ਵੀ ਇਤਿਹਾਸ ਦੀ ਪੈੜ ਨੂੰ ਨਾ ਬਿਨਾਂ ਪਛਾਣੇ, ਨਬਜ਼ ਪਛਾਣੇ ਤੋਂ ਕੋਈ ਵੀ ਗੱਲ ਇਹੋ ਜਿਹੀ ਨਾ ਕਹਿ ਲਈ ਕਿ ਜਿਹੜੀ ਗੱਲ ਦਾ ਜਵਾਬ ਦੇਣਾ ਬਾਅਦ ਦੇ ਵਿੱਚ ਔਖਾ ਹੋ ਜੇ। ਤੂੰ ਗੱਲ ਕਰੇਂਗਾ, ਖਾ ਕੇ ਸਹੁੰ ਖਾ ਕੇ ਆਇਆ ਉੱਥੇ ਭਗਤ ਸਿੰਘ ਦੀ, ਭਗਤ ਸਿੰਘ ਦੀ ਸਹੁੰ ਖਾ ਕੇ ਖਟਕੜ ਕਲਾਂ ਦੇ ਵਿੱਚ ਉਹ ਪਾਰਟੀ ਛੱਡ ਕੇ ਹੋਰ ਪਾਰਟੀ, ਉਹ ਤਾਂ ਤੀਜੀ ਪਾਰਟੀ 'ਚ ਵੀ ਜਾਣ ਦੀ ਤਿਆਰੀ ਸੀ ਆਪਦੀ ਪ੍ਰਧਾਨਗੀ ਦੀ ਖਾਤਰ। ਕਿੰਨੇ ਬੰਦਿਆਂ ਦਾ ਤੁਸੀਂ ਘਾਣ ਕੀਤਾ, ਕਿੱਡੇ ਬੰਦੇ ਆ ਤੁਹਾਡੀ ਪਾਰਟੀ ਦੇ ਜਿਨ੍ਹਾਂ ਨੂੰ ਤੁਸੀਂ ਇਸ ਵਜ੍ਹਾ ਤੋਂ ਕਿ ਉਹ ਬੰਦਿਆਂ ਦੇ ਵਿੱਚ ਕੁਝ ਗੜਸ ਸੀ, ਕੋਈ ਗੱਲ ਸੀ, ਉਹਨਾਂ ਨੂੰ ਤੁਸੀਂ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਆਪਦੀ ਪੋਜੀਸ਼ਨ ਬਚਾਉਣ ਦੇ ਲਈ। ਚੁਟਕਲਿਆਂ ਦੇ ਨਾਲ ਗੱਲ ਨਹੀਂ ਬਣਦੀ, ਜਿੱਥੇ ਮਰਜ਼ੀ ਜਦੋਂ ਮਰਜ਼ੀ ਜਿਹੜੀ ਜਗ੍ਹਾ ਤੇ ਮਰਜ਼ੀ ਇਤਿਹਾਸ ਦੀ ਪੈੜ ਦੇ ਨਾਲ ਗੱਲ ਕੱਢ ਕੇ ਦੇਖ। ਵਕਤ ਹੁੰਦਾ, ਸਮਾਂ ਹੁੰਦਾ ਕਿਸੇ ਤਰੀਕੇ ਦਾ ਕਿ ਕਦੇ ਵਾਲੇ ਪਾਰਟੀ ਦੀ ਚੜ੍ਹਦੀ ਕਲਾ ਹੁੰਦੀ ਹੈ, ਕਿਸੇ ਵੇਲੇ ਕੰਮ ਧਰਾਤਲ ਵੱਲ ਵੀ ਚਲਿਆ ਜਾਂਦਾ, ਕੋਈ ਪ੍ਰਵਾਹ ਨਹੀਂ ਹੈਗੀ ਇਸ ਗੱਲ ਦੀ। ਪੰਜਾਬ ਦੇ ਆ, ਪੰਜਾਬ ਦੇ ਜਾਏ ਆ ਔਰ ਪੰਜਾਬ ਦੇ ਜਾਇਆਂ ਦੇ ਨਾਲ ਹੀ ਰਹਿਣਾ। ਜੰਮਦਿਆਂ ਤੋਂ ਪਹਿਲਾਂ ਰਗਾਂ ਵਿੱਚ ਚੱਲਦਾ ਹੋਇਆ ਖੂਨ, ਹੁਣ ਤੋਂ ਨਹੀਂ, ਜਦੋਂ ਤੋਂ ਸਿੱਖ ਕੌਮ ਨੇ ਆਪਣਾ ਜਨਮ ਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਖੂਨ ਦੇ ਵਿੱਚ ਰਵਾਨਗੀ ਆ। ਇਹ ਖੂਨ ਜਿਹੜਾ ਪੰਥ ਦੇ ਨਾਲ ਜੁੜਿਆ ਹੋਇਆ, ਪੰਥ 'ਚ ਹੀ ਜੰਮੇ ਆ, ਪੰਥ 'ਚ ਹੀ ਰਹਿਣਾ ਤੇ ਪੰਥ 'ਚ ਹੀ ਮਰਾਂਗੇ। ਔਰ ਰਹੀ ਗੱਲ ਜਿਹੜੀ ਤੁਸੀਂ ਚਾਹੁੰਦੇ ਆ ਨਾ ਸਾਡੀ ਤਾਕਤ ਖਤਮ ਕਰਨੀ, ਔਰ ਖਾਸ ਕਰਕੇ ਮੇਰੇ ਉਹ ਵੀਰ ਜਿਹਨਾਂ ਲੋਕ ਇਸ ਘਟਨਾਕ੍ਰਮ ਨੂੰ ਸਮਝਦੇ ਨਹੀਂ ਕਿ ਜਿਹੜੀ ਘੱਟ ਗਿਣਤੀ ਆ ਉਹਦੇ ਲਈ ਤਾਕਤ 'ਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਚਾਹੇ ਕਿਸ ਵਿਹਾਵ 'ਤੇ ਵੀ ਰਹੇ ਉਹਦੇ ਲਈ ਤਾਕਤ 'ਚ ਰਹਿਣਾ ਜ਼ਰੂਰੀ ਆ। ਆਪਾਂ ਘੱਟ ਗਿਣਤੀ ਦੇ ਵਿੱਚ ਆ ਔਰ ਸਾਡੀ ਤਾਕਤ ਹੀ ਸਾਨੂੰ ਬਚਾ ਕੇ ਰੱਖਦੀ ਆ। ਔਰ ਪਰ ਇਹਨਾਂ ਲੋਕਾਂ ਨੇ ਅਜਿਹੀਆਂ ਸਾਜ਼ਿਸ਼ਾਂ ਪੈਦਾ ਕੀਤੀਆਂ, ਇਹਨਾਂ ਲੋਕਾਂ ਨੇ ਅਜਿਹੀਆਂ ਸਾਜ਼ਿਸ਼ਾਂ ਬਣਾਈਆਂ ਕਿ ਅਸੀਂ ਆਪਣੀ ਤਾਕਤ 'ਚੋਂ ਬਾਹਰ ਚਲੇ ਜਾਈਏ, ਤਾਂ ਕਿ ਸਾਨੂੰ ਸਾਰਿਆਂ ਨੂੰ ਟੁਕੜਿਆਂ ਦੇ ਵਿੱਚ ਵੰਡ ਵੰਡ ਕੇ ਇਹ ਆਪਦਾ ਕੁਛ ਕਰਨਾ। ਇਹਨਾਂ ਦੀਆਂ ਨਜ਼ਰਾਂ ਪੰਜਾਬ ਦੇ ਪਾਣੀਆਂ ਤੇ, ਪੰਜਾਬੀਆਂ ਦੀ ਅਣਖ ਤੇ ਗੈਰਤ ਤੇ ਆ। ਟਕੇ ਟਕੇ ਤੇ ਕਿੱਡਾ ਬੁਰਾ ਹਾਲ ਕੀਤਾ ਤੁਸੀਂ ਪਿਛਲੀਆਂ ਚੋਣਾਂ ਦੇ ਵਿੱਚ ਪੰਜਾਬੀਆਂ ਦੀ ਅਣਖ, ਆਬਰੂ, ਗੈਰਤ, ਟਿਕਟਾਂ ਲੈਣ ਦੇ ਲਈ ਤੁਸੀਂ ਕੀ ਕੁਛ ਨਹੀਂ ਕੀਤਾ। ਜਿਨ੍ਹਾਂ ਦੇ ਨਾਲ ਵਾਪਰਿਆ ਉਹਨਾਂ ਨੂੰ ਵੀ ਪਤਾ ਹੈ, ਜਿਨ੍ਹਾਂ ਲੋਕਾਂ ਨੇ ਇਹ ਵਪਰਾਇਆ ਉਹਨਾਂ ਨੂੰ ਵੀ ਪਤਾ ਹੈ, ਔਰ ਹੁਣ ਤਾਂ ਬਾਹਰਲਿਆਂ ਨੂੰ ਵੀ ਪਤਾ ਲੱਗ ਗਿਆ। ਹੁਣ ਨਹੀਂ ਕੋਈ ਬਾਹਰਲੇ ਵਿਦੇਸ਼ੀ ਲੋਕ ਹੈਗੇ ਜਿਹੜੇ ਤੁਹਾਡੀ ਮਦਦ ਦੇ ਲਈ ਆਉਂਦੇ, ਜਾਂ ਹੁਣ ਨਹੀਂ ਬਾਹਰਲੇ ਕੋਈ ਗੱਲ ਕਰਦੇ, ਅਗਲਿਆਂ ਨੂੰ ਵੀ ਤੁਹਾਡੀ ਅਸਲੀਅਤ ਸਮਝ ਆ ਚੁੱਕੀ ਆ। ਔਰ ਤੁਹਾਡੀ ਇਹ ਜਿੰਨੀਆਂ ਤੁਸੀਂ ਘਨੌਣੀਆਂ ਹਰਕਤਾਂ ਕਰਦੇ ਪਏ ਆ, ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਛ ਹੀ ਉਜਾਗਰ ਹੋਊਗਾ ਜੋ ਕੁਛ ਵੀ ਪੰਜਾਬ ਦੇ ਵਿੱਚ ਹੋਇਆ। ਔਰ ਇੱਕ ਗੱਲ ਤੈਨੂੰ ਮੈਂ ਫੇਰ ਦੁਬਾਰਾ ਇਹ ਗੱਲ ਕਹਿੰਦਾ ਵੀ ਕਦੇ ਵੀ ਕਿਸੇ ਸਟੇਜ ਤੇ ਭੁੱਲ ਕੇ ਇਹ ਗੱਲ ਨਾ ਕਹੀ ਕਿ ਅਕਾਲੀ ਦਲ 1920 ਚ ਬਣਿਆ ਤੇ 2019 ਦੇ ਵਿੱਚ ਖਤਮ ਹੋ ਜੂ।
ਅਕਾਲੀ ਦਲ ਰਹਿੰਦੀ ਦੁਨੀਆ ਤੱਕ ਹੀ ਕਾਇਮ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਾਪੂ ਖੜਕ ਸਿੰਘ ਕੌਣ ਸੀ ਤੁਸੀਂ ਸਭ ਬਾਖੂਬੀ ਜਾਣਦੇ ਹੋ, ਅਤੇ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਇਸ ਪਾਰਟੀ ਨੇ ਬਹੁਤ ਕੁਝ ਕੀਤਾ ਹੈ। ਸੱਚਾਈ ਅਤੇ ਇਮਾਨਦਾਰੀ ਦੀ ਬਸ ਲੋੜ ਹਰ ਥਾਂ ਦੇ ਉੱਤੇ ਪੈਂਦੀ ਹੈ। ਜੋ ਵੀ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ ਨਿਭਾਉਂਦਾ ਹੈ, ਉਹ ਜ਼ਰੂਰ ਕੌਮ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦਾ ਹੈ। ਅਤੇ ਜੋ ਇਹਨਾਂ ਅਹੁਦਿਆਂ 'ਤੇ ਬੈਠ ਕੇ ਜਥੇਦਾਰ ਬਣ ਕੇ, ਪ੍ਰਧਾਨ ਬਣ ਕੇ ਜਾਂ ਪਾਰਟੀਆਂ ਦੇ ਲੀਡਰ ਬਣ ਕੇ ਆਪਣੀਆਂ ਰੋਟੀਆਂ ਸੇਕਣ ਬਹਿ ਜਾਂਦੇ ਨੇ, ਆਪਣਾ ਘਰ ਭਰਨ ਲੱਗ ਪੈਂਦੇ ਨੇ, ਆਪ ਭਲਾਈ ਕਰਨ ਲੱਗ ਪੈਂਦੇ ਨੇ, ਤਾਂ ਫਿਰ ਅਜਿਹੇ ਲੋਕਾਂ ਨੂੰ, ਅਜਿਹੇ ਸੰਤਰੀਆਂ ਨੂੰ, ਮੰਤਰੀਆਂ ਨੂੰ, ਪ੍ਰਧਾਨਾਂ ਨੂੰ, ਜਥੇਦਾਰਾਂ ਨੂੰ ਦਰਕਿਨਾਰ ਕਰਨਾ ਸਾਡਾ ਆਪਣਾ ਫਰਜ਼ ਬਣਦਾ ਹੈ, ਤਾਂ ਜੋ ਸਾਡਾ ਧਾਰਮਿਕ ਸਟਰਕਚਰ ਅਤੇ ਰਾਜਨੀਤਿਕ ਬਾਡੀ ਕਦੇ ਵੀ ਕਰਪਟ ਨਾ ਹੋਵੇ, ਉਸਨੂੰ ਕਦੇ ਘੁਣ ਨਾ ਲੱਗੇ। ਪਰ ਅੱਜ ਬੁਰੀ ਤਰ੍ਹਾਂ ਨਾਲ ਸਾਡੀ ਸਰਮੋਰ ਜਥੇਬੰਦੀ ਅਤੇ ਰਾਜਨੀਤਿਕ ਲੀਡਰਸ਼ਿਪ ਕਰਪਟ ਹੋਈ ਨਜ਼ਰ ਆਉਂਦੀ ਹੈ, ਅਤੇ ਇਸ ਨੂੰ ਸੁਧਾਰਨ ਵਾਸਤੇ ਸਾਰੀ ਕੌਮ ਨੂੰ ਇੱਕਜੁੱਟ ਇੱਕ ਪਲੇਟਫਾਰਮ ਉੱਤੇ ਹੋਣਾ ਪੈਣਾ ਹੈ। ਤਾਂ ਹੀ ਅਜਿਹੇ ਘਟੀਆ ਲੋਕਾਂ ਨੂੰ ਕੱਢ ਅਸੀਂ ਕੌਮ 'ਚੋਂ ਬਾਹਰ ਸੁੱਟ ਸਕਦੇ ਹਾਂ, ਜਿਨ੍ਹਾਂ ਨੇ ਅੱਜ ਤੱਕ ਕੌਮ ਨੂੰ ਸਿਰਫ ਢਾਹ ਹੀ ਲਾਈ ਹੈ ਅਤੇ ਆਪਣੇ ਘਰ ਭਰੇ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਸੀ, ਔਰ ਮੈਂ ਇੱਕ ਬਹੁਤ ਟਾਈਮ ਤੋਂ ਦੇਖੀਦਾ ਕਿ ਭਗਵੰਤ ਮਾਨ ਇੱਕ ਗੱਲ ਬਹੁਤ ਜ਼ਿਆਦਾ ਬੋਲਦਾ ਹੈ ਕਿ ਅਕਾਲੀ ਦਲ 1920 'ਚ ਬਣਿਆ ਸੀ ਅਤੇ 1920 'ਚ ਅਕਾਲੀ ਦਲ ਬਣਿਆ ਸੀ ਅਤੇ 2019 'ਚ ਅਕਾਲੀ ਦਲ ਖਤਮ। ਇਹਦਾ ਮੈਂ ਜਵਾਬ ਦੇਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਨੂੰ ਪਹਿਲੀ ਗੱਲ ਤਾਂ ਇਤਿਹਾਸ ਦੀ ਪੈੜ ਦਾ ਹੀ ਨਹੀਂ ਕਿਸੇ ਦਾ ਪਤਾ ਹੈਗਾ, ਸ਼ਾਇਦ ਇਹਨੂੰ ਪਤਾ ਨਹੀਂ ਕਿ ਅਕਾਲੀ ਦਲ ਇੱਕੋ ਇੱਕ ਗੁਲਾਮ ਭਾਰਤੀਆਂ ਦੀ ਬਣਾਈ ਹੋਈ ਖੁਦ ਦੀ ਪਾਰਟੀ ਸੀ। ਇਸ ਤੋਂ ਪਹਿਲਾਂ ਕਿਉਂਕਿ ਕਾਂਗਰਸ ਪਾਰਟੀ ਮੌਜੂਦ ਜ਼ਰੂਰ ਸੀ, ਪਰ ਕਾਂਗਰਸ ਦੀ ਨੀਂਹ ਕਿਸੇ ਅੰਗਰੇਜ਼ ਨੇ ਰੱਖੀ ਸੀ, ਔਰ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਗਾ ਕਿ ਅਕਾਲੀ ਦਲ ਦੀ ਪੈਦਾਇਸ਼ ਕਿਸ ਤਰੀਕੇ ਦੇ ਨਾਲ ਹੋਈ ਹੈ। ਇਲੈਕਸ਼ਨ ਲੜਨੀ ਆ, ਗੱਲ ਕਰੋ ਆਪਦੀ ਜਿਹੜੀ ਮਰਜ਼ੀ ਗੱਲ ਕਰੋ, ਤੁਹਾਨੂੰ ਪੂਰੀ ਆਜ਼ਾਦੀ ਆ ਆਪਦੀ ਗੱਲ ਕਹਿਣ ਦੀ, ਪਰ ਜਿਹੜੀ ਤੁਸੀਂ ਕਟਾਕਸ਼ ਕਰਦੇ ਆ, 5 ਸਾਲ ਨਹੀਂ ਹੋਏ ਤੁਹਾਡੀ ਪਾਰਟੀ ਬਣੀ ਨੂੰ, ਔਰ ਕਿਤੇ ਇਤਿਹਾਸ 'ਚ ਪੜ੍ਹ ਕੇ ਦੇਖ ਲਾ, ਜੇ ਕਿਸੇ ਤੋਂ ਪਤਾ ਨਹੀਂ ਨਾ ਤਾਂ ਵੱਡੇ ਬਜ਼ੁਰਗ ਤੋਂ ਪੁੱਛ ਕੇ ਦੇਖ ਲਈ। ਅਕਾਲੀ ਦਲ ਜਦ ਪੈਦਾ ਹੋਇਆ, ਅਕਾਲੀ ਦਲ ਦੇ ਲਾਏ ਮੋਰਚੇ ਜਿਨ੍ਹਾਂ ਤੋਂ ਅੰਗਰੇਜ਼ ਹਮੇਸ਼ਾ ਡਰਦੇ ਰਹੇ, ਅਤੇ ਕਾਂਗਰਸ ਦੇ ਵੱਡੇ ਵੱਡੇ ਦਿੱਗਜ ਨੇਤਾ ਜਿਹੜੇ ਆ ਉਹ ਅਕਾਲੀ ਦਲ ਦੇ ਉਸ ਸਮੇਂ ਦੇ ਲੀਡਰਾਂ ਦੇ ਆ ਕੇ ਪੈਰਾਂ ਦੇ ਵਿੱਚ ਆ ਕੇ ਬੈਠਦੇ ਰਹੇ, ਅਤੇ ਉਹਨਾਂ ਮੋਰਚਿਆਂ 'ਚ ਸ਼ਾਮਿਲ ਹੋ ਕੇ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਸੀ ਕਿ ਅਸੀਂ ਅਕਾਲੀ ਦਲ ਦੇ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਹਾਂ। ਜੇ ਕਿਤੇ ਨਹੀਂ ਨਾ ਪਤਾ ਤਾਂ ਕਿਸੇ ਤੋਂ ਪੁੱਛ ਕੇ ਦੇਖ ਲਈ। ਬਾਪੂ ਖੜਕ ਸਿੰਘ, ਜਿਨ੍ਹਾਂ ਨੂੰ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਹੋਣ ਦਾ, ਔਰ ਪੰਜਾਬ ਕਾਂਗਰਸ ਦੇ ਵੀ ਪਹਿਲੇ ਪ੍ਰਧਾਨ ਹੋਣੇ, ਉਹ ਵੀ ਪਤਾ ਕਿਉਂ? ਕਿਉਂਕਿ ਕਾਂਗਰਸੀਆਂ ਨੇ, ਉਸ ਵੇਲੇ ਦੇ ਕਾਂਗਰਸ ਪਾਰਟੀ ਨੇ ਕਾਂਗਰਸ ਦੀ ਪ੍ਰਧਾਨਗੀ ਇੱਕ ਸਨਮਾਨ ਵਜੋਂ ਬਾਪੂ ਖੜਕ ਸਿੰਘ ਨੂੰ ਦਿੱਤੀ ਸੀ ਕਿ ਜਿੱਥੇ ਤੁਸੀਂ ਅਕਾਲੀ ਦਲ ਦੇ ਲਈ ਕੰਮ ਕਰਦੇ ਹਾਂ ਅਸੀਂ ਤੁਹਾਨੂੰ ਸਨਮਾਨ ਵਜੋਂ ਤੁਹਾਨੂੰ ਪ੍ਰਧਾਨਗੀ ਦਿੰਦੇ ਹਾਂ। ਔਰ ਉਸ ਤੋਂ ਬਾਅਦ ਕਾਂਗਰਸ ਦੀਆਂ ਕੀਤੀਆਂ ਹੋਈਆਂ ਵਧੀਕੀਆਂ, ਕਾਂਗਰਸ ਦੇ ਕੀਤੇ ਹੋਏ ਕਾਰਸਤਾਨੀਆਂ ਦੀ ਵਜ੍ਹਾ ਕਿ ਪੰਜਾਬ ਅੱਜ ਇਸ ਹਾਲਾਤ, ਇਸ ਮੋੜ ਦੇ ਉੱਤੇ ਆ। ਤੇ ਤੇਰੀ ਪਾਰਟੀ ਦੀ ਗੱਲ ਕਰਦਾ ਜਿਹਨੂੰ 5 ਸਾਲ ਹੋਏ ਪਾਰਟੀ ਬਣੀ ਨੂੰ,